ਫਰਸ਼ ਤੋਂ ਅਰਸ਼ ਤੱਕ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਪੂਨਮ ਲਵਾਨਾ ਦੀ ਸਤਿ ਸ਼੍ਰੀ ਅਕਾਲ। ਕਿਸੇ ਵੀ ਸ਼ਖਸੀਅਤ ਦੀ ਜ਼ਿੰਦਗੀ ਰਾਤੋ ਰਾਤ ਜਾਂ ਫਿਰ ਪਲ ਛਿੰਨ 'ਚ ਇਤਿਹਾਸਿਕ ਬਣ ਜਾਂਦੀ ਹੈ, ਪਰ ਉਸ ਇਤਿਹਾਸਿਕ ਘਟਨਾ ਦੇ ਪਿੱਛੇ ਕੀ ਮਸ਼ਕਤ ਕਰਨੀ ਪੈਂਦੀ, ਇਹਦੀ ਕਹਾਣੀ ਬਹੁਤ ਬਹੁਤ ਲੰਬੀ ਹੈ। ਅੱਜ ਅਸੀਂ ਭਾਰਤ ਅਤੇ ਪੰਜਾਬ ਦੀ ਧਰਤੀ ਦੀ ਉਹਨਾਂ ਸ਼ਖਸੀਅਤਾਂ ਨੂੰ ਮਿਲਾਉਣ ਜਾ ਰਹੇ ਹਾਂ ਜੋ ਬਹੁਤ ਪਹਿਲਾਂ ਰੁਜ਼ਗਾਰ ਨੂੰ ਲੱਭਦੇ ਹੋਏ ਵਿਦੇਸ਼ਾਂ 'ਚ ਜਾ ਵਸੇ ਸਨ। ਵਿਦੇਸ਼ੀ ਧਰਤੀ ਨੇ ਪੰਜਾਬੀਆਂ ਨੂੰ ਨੇਮ, ਫੇਮ, ਪੈਸਾ, ਮਾਨ ਸਨਮਾਨ ਸਭ ਕੁਝ ਦਿੱਤਾ, ਪਰ ਉਸ ਮਾਨ ਸਨਮਾਨ ਨੂੰ ਪਾਉਣ ਵਾਸਤੇ ਉਹਨਾਂ ਨੇ ਕੀ ਕੁਝ ਖੋਇਆ, ਇਹ ਆਪਾਂ ਸੁਣਾਂਗੇ ਉਹਨਾਂ ਦੀ ਜ਼ੁਬਾਨੀ ਫਰਸ਼ ਤੋਂ ਅਰਸ਼ ਤੱਕ ਦੀ ਕਹਾਣੀ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨਾਂ ਚਮਕਦਿਆਂ ਸਿਤਾਰਿਆਂ 'ਚ ਇੱਕ ਸਿਤਾਰਾ ਹਰਜਿੰਦਰ ਸਿੰਘ ਜੋੜਿਆ ਨੂੰ, ਜਿਨ੍ਹਾਂ ਦਾ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਛੋਟੀ ਉਮਰ ਹੀ ਸ਼ੁਰੂ ਹੋ ਗਿਆ ਸੀ। ਛੋਟੀ ਉਮਰੇ ਹੀ ਉਹ ਪੰਜਾਬ ਦੀ ਧਰਤੀ ਨੂੰ ਛੱਡ ਕੇ ਹਾਂਗਕਾਂਗ ਜਾ ਵਸੇ। ਅੱਜ ਕੱਲ੍ਹ ਉਹ ਹਾਂਗਕਾਂਗ 'ਚ ਥਾਈ ਸਿੰਘ ਦੇ ਨਾਂ 'ਤੇ ਮਸ਼ਹੂਰ ਨੇ, ਜਿਹਦਾ ਚਾਈਨੀਜ਼ ਲੈਂਗੁਏਜ ਮਤਲਬ ਹੈ ਵੱਡਾ ਸਿੰਘ। ਹਾਂਗਕਾਂਗ ਦੀ ਮੰਨਿਆ ਪਰ ਮੰਨਿਆ ਕੰਪਨੀਆਂ ਵਿੱਚ ਇੱਕ ਕੰਪਨੀ JG ਸਿਕਿਉਰਿਟੀ ਦੇ ਨਾਮ ਨਾਲ ਮਸ਼ਹੂਰ ਹੈ। ਉਸ ਕੰਪਨੀ ਨੂੰ ਹਰਜਿੰਦਰ ਸਿੰਘ ਜੋੜਿਆ ਚਲਾ ਰਹੇ ਹਨ, ਜਿਸ ਦਾ ਮੁੱਖ ਕੰਮ ਹਾਂਗਕਾਂਗ 'ਚ ਸਿਕਿਉਰਿਟੀ ਪ੍ਰੋਵਾਈਡ ਕਰਨਾ। ਇਸ ਕੰਪਨੀ ਵਿੱਚ ਬ੍ਰਿਟਿਸ਼, ਚਾਈਨੀਜ਼, ਥਾਈਲੈਂਡ ਦੇ ਇਲਾਵਾ 250 ਇੰਡੀਅਨਸ ਕੰਮ ਕਰ ਰਹੇ ਹਨ। ਆਹ ਹੁਣ ਆਪਾਂ ਜੋੜਿਆ ਸਭ ਤੋਂ ਪੁੱਛਦੇ ਹਾਂ ਕਿ ਉਹ ਪੰਜਾਬ ਵਿੱਚ ਕਿਸ ਜਗ੍ਹਾ ਤੋਂ ਹਨ ਅਤੇ ਉਹਨਾਂ ਦੀ ਫੈਮਿਲੀ 'ਚ ਕੌਣ ਕੌਣ। ਮੈਂ ਹਰਜਿੰਦਰ ਸਿੰਘ ਜੋੜਿਆ ਹਾਂਗਕਾਂਗ ਤੋਂ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਮੈਂ ਜੋੜੇ ਪਿੰਡ ਦਾ ਰਹਿਣ ਵਾਲਾ, ਜਿਹੜਾ ਕਿ ਪੱਟੀ ਦੇ 5-4 ਕਿਲੋਮੀਟਰ ਦੂਰ ਹੈ। ਪ੍ਰਤਾਪ ਸਿੰਘ ਕਹਿਰੋਂ ਆਪਣੇ ਹੋਏ ਨੇ ਉਹਨਾਂ ਦੇ ਪਿੰਡ, ਉਹਨਾਂ ਦੇ ਬਹੁਤ ਲਾਗੇ ਸਾਡੇ। ਅਸੀਂ 3 ਭਰਾ, 1 ਭੈਣ ਬਚਪਨ ਤੋਂ ਹੀ ਇੱਥੇ ਆਏ ਹੋਏ ਹਾਂ। ਬਾਅਦ ਵਿੱਚ 1 ਭਰਾ ਮੇਰਾ ਇੰਗਲੈਂਡ ਚਲਾ ਗਿਆ, 4 ਸਾਲ ਹੋ ਗਏ। ਦੂਸਰਾ ਜਿਹੜਾ ਵਾ ਉਹ ਇੱਥੇ, ਸਿਸਟਰ ਮੇਰੀ ਜਿਹੜੀ ਆ ਉਹ ਸ਼ਾਦੀ ਤੋਂ ਬਾਅਦ ਵੈਸੇ ਸੈੱਟ ਹੋ ਗਈ। ਅਤੇ ਆਓ ਆਪਾਂ ਜਾਣਦੇ ਹਾਂ ਕਿ ਹਰਜਿੰਦਰ ਸਿੰਘ ਜੀ ਦਾ ਹਾਂਗਕਾਂਗ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਬਜ਼ੁਰਗ ਸੀ, ਸਾਡੇ ਪਿਤਾ ਜੀ, ਉਹਨਾਂ ਦੇ ਮਾਮਾ ਜੀ, ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਮੰਗਾਇਆ। ਸਭ ਤੋਂ ਪਹਿਲਾਂ ਮੇਰੇ ਚਾਚਾ ਜੀ ਇੱਥੇ ਆਏ, ਉਹਨਾਂ ਦੇ 3 ਸਾਲ ਆਉਣ ਤੋਂ ਬਾਅਦ ਫਿਰ ਪਿਤਾ ਜੀ ਉਹਨਾਂ ਨੇ ਇੱਥੇ ਮੰਗਾ ਲਿਆ। ਫਿਰ ਬਾਅਦ ਵਿੱਚ ਮੇਰੀਆਂ ਸ਼ਿਕਾਇਤਾਂ ਆਉਂਦੀਆਂ ਕਿ ਪੜ੍ਹਦਾ ਨਹੀਂ। ਉਸ ਤੋਂ ਬਾਅਦ ਫਿਰ ਖੈਰ ਪੜ੍ਹਨ ਦਾ ਜੱਟਾਂ ਦੇ ਮੁੰਡੇ ਤੁਹਾਨੂੰ ਪਤਾ ਹੀ ਆ ਜਿੰਨੇ ਕੁ ਪੜ੍ਹਦੇ ਆ ਉੱਥੇ। ਉਸ ਤੋਂ ਬਾਅਦ ਫਿਰ ਮੈਨੂੰ ਵੀ ਇਹਨਾਂ ਨੇ ਉਸ ਟਾਈਮ 'ਤੇ ਮਜ਼ਬੂਰੀ ਨਾਲ ਹੀ ਮੰਗਾਇਆ ਸੀ, ਪਰ ਬਾਅਦ ਵਿੱਚ ਖੈਰ ਸਾਹਿਬ ਦਾ ਠੀਕ ਹੀ ਹੋ ਗਿਆ। ਆਪਾਂ ਹਰਜਿੰਦਰ ਸਿੰਘ ਜੀ ਤੋਂ ਪੁੱਛਦੇ ਹਾਂ ਕਿ ਉਹ ਪੰਜਾਬ 'ਚ ਕੀ ਕੰਮ ਕਰਦੇ ਸੀ। ਕੰਮ ਸਾਡਾ ਖੇਤੀਬਾੜੀ ਦਾ ਸੀਗਾ, ਜੋ ਜੱਟਾਂ ਦਾ ਆਮ ਪੁਰਾਣਾ ਹੁੰਦਾ। ਮੇਰੇ ਪਿਤਾ ਜੀ ਔਰ ਚਾਚਾ ਜੀ ਦੋਨੇ ਫੌਜ ਵਿੱਚ ਭਰਤੀ ਸੀ ਅਤੇ ਘਰ ਵਿੱਚ ਮੈਂ ਹੀ ਵੱਡਾ ਸੀ ਅਤੇ ਮੇਰੇ ਬਾਪੂ ਜਿਹੜੇ ਉਹ ਬਜ਼ੁਰਗ ਸਨ ਅਤੇ 8 ਕਿੱਲੇ ਸਾਡੇ ਕੋਲ ਜ਼ਮੀਨ ਦੇ ਸੀ, ਉਹ ਵੀ ਅਸੀਂ ਹਿੱਸੇ ਦਿੱਤੇ ਸੀ। ਅਤੇ ਹਿੱਸੇ ਵਾਲੇ ਨਾਲ ਕਹਿੰਦੇ ਵੀ ਇੱਕ ਬੰਦਾ ਤੁਹਾਡਾ ਨਾਲ ਕੰਮ ਕਰਨਾ ਤਾਂ ਜ਼ਰੂਰੀ ਚਾਹੀਦਾ ਹੁੰਦਾ, ਇਸ ਕਰਕੇ ਸਾਰਾ ਕੰਮ ਨਾਲ ਮੈਂ ਕਰਾਉਂਦਾ ਸੀ। ਜਿਵੇਂ ਹਲ ਵਾਹੁਣਾ, ਸੁਹਾਗਾ ਫੇਰਨਾ, ਕਮਾਦ ਗੋਡਣੇ, ਮਕਈ ਗੋਡੀ, ਸਾਰਾ ਕੁਝ ਮੈਂ ਆਪਣੇ 14 ਸਾਲ ਦੀ ਉਮਰ ਤੋਂ ਪਹਿਲਾਂ ਮੈਂ ਜੋ ਵੀ ਖੇਤੀਬਾੜੀ ਦਾ ਕੰਮ ਹੈ ਮੈਂ ਆਪਣੇ ਹੱਥੀਂ ਆਪ ਕਰਕੇ ਦੇਖਿਆ। ਜੋੜੇ ਸਾਹਿਬ ਤੋਂ ਪੁੱਛਦੇ ਹਾਂ ਕਿ ਹਾਂਗਕਾਂਗ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਿਲਾਂ ਤਾਂ ਇਸ ਤਰ੍ਹਾਂ ਜੀ, ਜਿਹੜਾ ਵੀ ਦੇਖ ਰਹੀ ਘਰੋਂ ਉੱਠ ਕੇ ਪ੍ਰਦੇਸ਼ 'ਚ ਆਉਂਦਾ, ਉਹਨੂੰ ਸ਼ੁਰੂ ਵਿੱਚ ਸਾਰਿਆਂ ਨੂੰ ਮੁਸ਼ਕਿਲਾਂ ਕਾਫੀ ਆਉਂਦੀਆਂ ਨੇ ਔਰ ਫੇਸ ਵੀ ਕਰਨੀਆਂ ਪੈਂਦੀਆਂ ਨੇ। ਅਸੀਂ ਵੀ ਜਦੋਂ ਇੱਥੇ ਆਏ ਹਾਂ, ਪਿਤਾ ਜੀ ਹੋਣੀ ਇਕੱਲੇ ਕਮਾਉਣ ਵਾਲੇ ਸੀ, ਸਾਰਾ ਪਰਿਵਾਰ ਅਸੀਂ ਖਾਣ ਵਾਲਾ ਸੀ। ਮੈਨੂੰ ਯਾਦ ਆ ਕਿ ਸਭ ਤੋਂ ਪਹਿਲਾਂ ਨੌਕਰੀ ਜਿਹੜੀ ਅਸੀਂ ਕੀਤੀ ਆ, ਮੈਂ $10 ਕੇ $10.5 'ਤੇ ਪੈਕਿੰਗ ਕਰਨ ਦੀ ਕੀਤੀ ਸੀ। ਉਸ ਤੋਂ ਬਾਅਦ ਫਿਰ ਆਸਤੇ ਆਸਤੇ ਮੈਂ ਵੀ, ਜਿਵੇਂ ਕਿ ਪਿਤਾ ਜੀ ਪਹਿਲਾਂ ਸਿਕਿਉਰਿਟੀ 'ਚ ਕੰਮ ਕਰਦੇ ਸੀ ਅਤੇ ਮੈਂ ਵੀ ਸਿਕਿਉਰਿਟੀ 'ਚ ਕੰਮ ਕਰ ਲੱਗ ਪਿਆ।
ਉਸ ਤੋਂ ਬਾਅਦ ਵਿੱਚ ਫਿਰ ਮੈਂ ਡਰਾਈਵਰੀ ਸ਼ੁਰੂ ਕਰ ਦਿੱਤੀ। ਬਹੁਤ ਚਿਰ ਮੈਂ ਡਰਾਈਵਰੀ ਵੀ ਕਰਦਾ ਰਿਹਾ। ਡਰਾਈਵਰੀ ਦੇ ਨਾਲ ਨਾਲ ਹੀ ਮੈਨੂੰ ਇੱਕ ਐਸਾ ਇਨਸਾਨ ਮਿਲ ਗਿਆ ਜਿਹਨੇ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਮਦਦ ਕੀਤੀ। ਉਹਨੇ ਫਿਰ ਮੈਨੂੰ ਮੇਰੀ ਆਪਣੀ ਕੰਪਨੀ ਸ਼ੁਰੂ ਕਰ ਦਿੱਤੀ, ਜਿਹਦਾ ਨਾਂ ਕਿ ਪਹਿਲਾਂ ਕੋਲਨ ਮੈਨੇਜਮੈਂਟ ਕੰਪਨੀ ਸੀ। ਫਿਰ 1997-6 ਤੋਂ ਫਿਰ ਇਹ ਕੰਪਨੀ ਦਾ ਮੈਂ ਨਾਮ ਚੇਂਜ ਕਰਕੇ ਜੇ ਜੀ ਸਿਕਿਉਰਿਟੀ ਰੱਖ ਦਿੱਤਾ, ਜਿਹੜੀ ਕਿ ਮੇਰੇ ਬੱਚਿਆਂ ਦੇ ਨਾਂ 'ਤੇ ਬਣੀ। ਕਹਿੰਦੇ ਨੇ ਪਹਿਲਾ ਪਿਆਰ ਅਤੇ ਪਹਿਲੀ ਕਮਾਈ ਕਦੀ ਵੀ ਨਹੀਂ ਭੁੱਲਦੀ, ਅਤੇ ਆਪਾਂ ਜੋੜੇ ਸਭ ਤੋਂ ਪੁੱਛਦੇ ਹਾਂ ਕਿ ਉਹਨਾਂ ਨੇ ਆਪਣੀ ਪਹਿਲੀ ਕਮਾਈ ਜਦੋਂ ਆਪਣੇ ਘਰ ਦਿੱਤੀ ਅਤੇ ਉਹਨਾਂ ਨੂੰ ਕਿਹੋ ਜਿਹਾ ਫੀਲ ਹੋਇਆ? ਹਾਂਜੀ, ਯਾਦ ਆ ਮੈਨੂੰ। ਮੈਨੂੰ ਯਾਦ ਆ ਕਿ ਮੈਂ ਜਦੋਂ ਪਹਿਲੇ ਟਾਈਮ ਇੱਥੇ ਪੈਕਿੰਗ ਦੀ ਨੌਕਰੀ ਕਰਦਾ ਸੀ, $10-10 ਦਿਹਾੜੀ 'ਤੇ, ਅਤੇ $150 ਮੇਰੀ ਤਨਖਾਹ ਮੈਨੂੰ ਮਿਲੀ ਸੀ। ਮੈਨੂੰ ਇਹ ਯਾਦ ਆ ਕਿ ਮੈਂ ਬੜਾ ਖੁਸ਼ ਸੀ ਜਦੋਂ ਮੈਂ ਲੰਚ ਟਾਈਮ 'ਤੇ ਲੈ ਕੇ ਘਰ ਆਇਆ ਅਤੇ ਪਿਤਾ ਜੀ ਉਹਨਾਂ ਨੂੰ ਲਿਆ ਕੇ ਤਨਖਾਹ ਦਿੱਤੀ ਅਤੇ ਉਹਨਾਂ ਨੇ ਗੱਲ ਆ ਕੀ ਕਾਕਾ ਤੂੰ ਪੈਸੇ ਰੱਖ ਲਾ, ਅਤੇ ਸਭ ਤੋਂ ਪਹਿਲਾਂ ਜਾ ਕੇ ਗੁਰਦੁਆਰੇ ਪ੍ਰਸ਼ਾਦ ਕਰਾ ਗਿਆ ਇਸ ਕਮਾਈ ਦੇ ਵਿੱਚ। ਉਹ ਬਚਪਨ ਹੀ ਕੀ ਜਿਹਦੇ 'ਚ ਕੋਈ ਸ਼ਰਾਰਤਾਂ ਨਾ ਹੋਣ, ਅਤੇ ਆਓ ਆਪਾਂ ਜੋੜੇ ਸਭ ਤੋਂ ਪੁੱਛਦੇ ਹਾਂ ਕਿ ਉਹਨਾਂ ਨੇ ਆਪਣੇ ਬਚਪਨ 'ਚ ਕਿਹੜੀਆਂ ਸ਼ਰਾਰਤਾਂ ਕੀਤੀਆਂ ਅਤੇ ਕਿਹੜੀ ਸ਼ਰਾਰਤਾਂ ਉਹਨਾਂ ਨੂੰ ਯਾਦ ਨੇ। ਦਰਅਸਲ ਜੀ, ਇਹ ਜਿਹੜੀ ਸ਼ਰਾਰਤਾਂ ਤੁਸੀਂ ਗੱਲ ਕੀਤੀ ਆ ਨਾ, ਇਹ ਤਾਂ ਹਰ ਜੱਟਾਂ ਦਾ ਮੁੰਡਾ ਸ਼ਰਾਰਤੀ ਹੁੰਦਾ ਹੀ ਆ ਪਿੰਡਾਂ ਵਿੱਚ। ਅਸੀਂ ਵੀ 5-6 ਜਾਣੇ ਦੋਸਤ ਦੇ ਸੀ, ਇੱਕ ਘੁਮਿਆਰ ਸਿੰਘ ਦਾ ਮੁੰਡਾ, ਉਹਦਾ ਨਾਮ ਵੀ ਰਜਿੰਦਰ ਸੀ, ਇੱਕ ਜਗੀਰਾ ਮੁੰਡਾ ਮੇਰਾ ਭਰਾ ਬਣਿਆ ਹੋਇਆ ਮਰ ਗਿਆ ਬਾਅਦ ਵਿੱਚ, ਹੋਰ 2-4 ਜਾਣੇ ਦੋਸਤ ਸੀ। ਸ਼ਰਾਰਤਾਂ ਤਾਂ ਅਸੀਂ ਬਹੁਤ ਕਰਦੇ ਸੀ, ਕਿਉਂਕਿ ਜਿਵੇਂ ਕਿਸੇ ਦੇ ਖਰਬੂਜੇ ਤੋੜ ਜਾਂਦੇ ਜਾਂ ਗੰਨੇ ਭਾਲਣੇ ਦੇ ਚੋਰੀ। ਕਈ ਵਾਰੀ ਮੈਨੂੰ ਯਾਦ ਆ ਕਿ ਸਾਡੇ ਲਾਗੇ ਇੱਕ ਮਾਣੋ ਚੱਲਦਾ ਮੇਲਾ ਲੱਗਦਾ ਹੁੰਦਾ ਸੀ, ਸਾਡੇ ਕੋਲ ਪੈਸੇ ਨਹੀਂ ਹੁੰਦੇ, ਫਿਰ ਅਸੀਂ ਕਿਹਾ ਨਰਮਾ ਚੁਗਣਾ ਜਾ ਕੇ। ਹਾਂਜੀ, ਹੋਰ ਕਈ ਵਾਰੀ ਕੋਈ ਰੇਹੜੀ ਵਾਲਾ ਆ ਜਾਣਾ ਅੰਬ ਵੇਚਣ ਵਾਲਾ, ਅਤੇ ਮੈਨੂੰ ਯਾਦ ਆ ਕਿ ਅਸੀਂ ਉਹਦੇ ਅੰਬ ਵੀ ਲੈ ਕੇ ਭਾਜਣਾ ਕਿ ਜੀ। ਮਤਲਬ ਇਹੋ ਜਿਹੀਆਂ ਜਿਹੜੀਆਂ ਸ਼ਰਾਰਤਾਂ ਪਿੰਡਾਂ ਵਿੱਚ ਜਿਹੜੀਆਂ ਕਿ ਹੁਣ ਤਾਂ ਬੱਚਿਆਂ ਕੋਲ ਟਾਈਮ ਹੀ ਨਹੀਂ ਆ, ਸਾਡਾ ਕੰਪਿਊਟਰ ਨਹੀਂ ਛੱਡਦਾ, ਉਦੋਂ ਤਾਂ ਸ਼ਰਾਰਤਾਂ ਹੈ ਸਾਡੇ ਕੋਲ। ਇਸ ਕਰਕੇ ਉਹ ਕਦੇ ਨਹੀਂ ਵੈਸੇ ਭੁੱਲਦੀਆਂ ਜ਼ਿੰਦਗੀ ਦੇ ਵਿੱਚ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਦੋਸਤ ਮਿੱਤਰ ਤਾਂ ਜ਼ਰੂਰ ਹੁੰਦੇ ਨੇ। ਆਓ ਆਪਾਂ ਜਾਣਦੇ ਹਾਂ ਕਿ ਜੋੜਿਆ ਸਾਡੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਦੋਸਤ ਮਿੱਤਰ ਆ। ਦਰਅਸਲ ਮੇਰੇ ਜਿੰਨੇ ਵੀ ਪੁਰਾਣੇ ਦੋਸਤ ਆ, ਮੈਂ ਅੱਜ ਤੱਕ ਕਿਸੇ ਨੂੰ ਨਹੀਂ ਭੁੱਲਿਆ। ਸਾਰਿਆਂ ਨੂੰ ਮੈਂ ਜਾ ਕੇ ਮਿਲਦਾ ਜਦੋਂ ਵੀ ਮੇਰੇ ਕੋਲ ਟਾਈਮ ਲੱਗਦਾ, ਔਰ ਉਹਨਾਂ ਦੇ ਵਿਆਹਾਂ ਸ਼ਾਦੀਆਂ 'ਤੇ ਵੀ ਮੈਂ ਜਾਂਦਾ। ਵੱਧ ਤੋਂ ਵੱਧ ਮੈਂ ਟਾਈਮ ਉਹਨਾਂ ਵਾਸਤੇ ਕੱਢਦਾ, ਜਿਹਨਾਂ ਨੇ ਮੈਨੂੰ ਬੁਲਾਇਆ ਜਾਂ ਨਹੀਂ ਵੀ ਬੁਲਾਇਆ, ਮੈਂ ਫਿਰ ਵੀ ਜਦੋਂ ਆਪਣੇ ਪਿੰਡ ਜਾਣਾ ਐਕਚੁਲੀ ਹੁਣ ਮੈਂ ਅੰਮ੍ਰਿਤਸਰ ਰਹਿੰਦਾ, ਪਿੰਡ ਤੋਂ ਕਾਫੀ ਜਿੰਨੇ ਅਸੀਂ ਆਏ ਹੋਏ। ਪਹਿਲਾਂ ਮੇਰੀ ਜ਼ਮੀਨ ਹੈਗੀ ਸੀ ਪਿੰਡ 50 ਬੀਘਾ ਦੀ, ਉਹ ਮੇਰੇ 5-6 ਸਾਲ ਹੋ ਗਏ, ਪਰ ਫਿਰ ਵੀ ਜਿਵੇਂ ਮੈਂ ਆਪਣੇ ਪਿੰਡ ਜਾ ਕੇ ਉੱਥੇ ਗੁਰਦੁਆਰੇ ਦੀ ਸੇਵਾ ਜਾਂ ਕਿਸੇ ਦੀ ਕੋਈ ਵੀ ਹੈਲਪ ਹੁੰਦੀ ਆ ਅਤੇ ਉਹ ਜਾ ਕੇ ਕਰਦੇ ਹਨ। ਹਰ ਇਨਸਾਨ ਨੂੰ ਜ਼ਿੰਦਗੀ 'ਚ ਪਿਆਰ ਕਦੀ ਨਾ ਕਦੀ ਜ਼ਰੂਰ ਹੁੰਦਾ ਹੈ, ਅਤੇ ਆਓ ਆਪਾਂ ਜੋੜੇ ਸੱਚ ਪੁੱਛਦੇ ਹਾਂ ਕਿ ਉਹਨਾਂ ਨੂੰ ਵੀ ਕਦੀ ਪਿਆਰ ਹੋਇਆ। ਪਿਆਰ ਤਾਂ ਖੈਰ ਇਸ ਤਰ੍ਹਾਂ ਕਿ ਹੋਇਆ ਵਾ, ਜਿਵੇਂ ਕਿ ਆਪਾਂ ਸਾਨੂੰ ਸਾਰਿਆਂ ਨੂੰ ਹੀ ਆਪਣੀ ਮਾਂ ਬੋਲੀ ਨਾਲ ਪਿਆਰ ਹੁੰਦਾ, ਜਿਹੜਾ ਕਿ ਸਾਨੂੰ ਵੀ ਆਇਆ, ਉਹ ਅਸੀਂ ਅੱਜ ਤੱਕ ਬੜਾ ਸੰਭਾਲ ਕੇ ਰੱਖਿਆ ਹੋਇਆ। ਬਾਕੀ ਛੋਟੀ ਜਿਹੀ ਉਮਰ ਜਿੱਥੇ ਆ ਗਏ, ਬਾਅਦ ਵਿੱਚ 18-19 ਸਾਲ ਦੀ ਉਮਰ ਵਿੱਚ ਘਰਦਿਆਂ ਨੇ ਸ਼ਾਦੀ ਕਰ ਦਿੱਤੀ, ਪਿਆਰ ਦੀ ਕੋਈ ਸੁਣ ਸਕਦੀ ਨਹੀਂ ਆਈ, ਘਰ ਦੀ ਵੀ ਨਾ ਕੋਈ ਗੱਲ ਹੀ ਹੋਈ ਬਣੀ। ਜੋੜੀਆ ਸਾਹਿਬ, ਆਪਣੀ ਮੈਰਿਜ ਲਾਈਫ ਬਾਰੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਕੁਝ ਦੱਸੋ। ਮੇਰੀ ਮੈਰਿਜ 1976 ਵਿੱਚ ਹੋਈ ਸੀ, ਮੇਰੇ ਸਹੁਰਾ ਸਾਹਿਬ ਇੱਥੇ ਹੁੰਦੇ ਸੀ, ਮੈਂ ਝਬਾਲ ਪਿੰਡ ਵਿਆਹਿਆ, ਬਾਬਾ ਬੁੱਢਾ ਸਾਹਿਬ ਲੱਗ ਗਿਆ ਝਬਾਲ, ਅਤੇ ਮੇਰੇ 3 ਬੱਚੇ ਨੇ, ਵੱਡਾ ਲੜਕਾ ਮੇਰਾ ਮੇਰੇ ਕੰਮ ਵਿੱਚ ਨਾਲ ਹੀ ਸਾਥ ਦੇ ਰਿਹਾ, ਜਿਹੜੀ ਮੇਰੀ ਬੇਟੀ ਆ ਉਹ ਇਸ ਵੇਲੇ USA ਆ, ਛੋਟਾ ਲੜਕਾ ਵੀ ਹੁਣ +2 ਕਰਕੇ ਸ਼ਾਇਦ ਆਸਟ੍ਰੇਲੀਆ ਪੜ੍ਹਨ ਵਾਸਤੇ ਜਾਵੇ।
ਤੇ ਆਓ ਹੁਣ ਚੱਲਦੇ ਹਾਂ ਹਰਜਿੰਦਰ ਸਿੰਘ ਜੀ ਦੀ ਫੈਮਿਲੀ ਵਿੱਚ ਔਰ ਜਾਣਦੇ ਹਾਂ ਕਿ ਉਹਨਾਂ ਦੇ ਫੈਮਿਲੀ ਮੈਂਬਰ ਕੀ ਸੋਚਦੇ ਨੇ ਚੋੜੀਆ ਜੀ ਦੇ ਬਾਰੇ। ਪੇਸ਼ ਹਨ ਜੋੜੀਆ ਸਾਹਿਬ ਦੀ ਫੈਮਿਲੀ ਨਾਲ ਸਾਂਝੇ ਕੀਤੇ ਹੋਏ ਕੁਝ ਪਲ। ਜਦੋਂ ਜੋੜੀਆ ਸਾਹਿਬ ਦੇ ਵੱਡੇ ਬੇਟੇ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਜੋ ਕੁਝ ਵੀ ਹਾਂ ਪਾਪਾ ਜੀ ਕਰਕੇ ਹਾਂ ਅਤੇ ਆਪਣੇ ਪਾਪਾ ਜੀ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ। ਜੋ ਸਾਨੂੰ ਪਹਿਚਾਣ ਪਾਪਾ ਜੀ ਨੇ ਬਣਾ ਕੇ ਦਿੱਤੀ ਹੈ ਅਤੇ ਜਦੋਂ ਅਸੀਂ ਪਬਲਿਕ ਵਿੱਚ ਜਾਈਦਾ ਹੈ ਬਹੁਤ ਇੱਜ਼ਤ ਮਾਣ ਮਿਲਦਾ ਹੈ। ਅਸੀਂ ਇਹ ਇੱਜ਼ਤ ਮਾਣ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ ਅਤੇ ਅਸੀਂ ਆਪਣੇ ਪਾਪਾ ਜੀ ਦੇ ਬਿਜ਼ਨਸ ਨੂੰ ਦੋਨੋਂ ਭਰਾ ਮੈਂ ਅਤੇ ਮੇਰਾ ਛੋਟਾ ਭਰਾ ਇਹਨੂੰ ਹੋਰ ਵਧਾਵਾਂਗੇ। ਜਗਜੀਤ ਸਿੰਘ ਜੀ ਨੇ ਇਹ ਵੀ ਕਿਹਾ ਕਿ ਮੈਂ ਬਾਬਾ ਜੀ ਦਾ ਬਹੁਤ ਬਹੁਤ ਥੈਂਕਸ ਕਰਦਾ ਹਾਂ ਉਸ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜਿਹਨੇ ਮੈਨੂੰ ਇਹੋ ਜਿਹੇ ਪਰਿਵਾਰ ਵਿੱਚ ਜਨਮ ਦਿੱਤਾ ਅਤੇ ਮੈਨੂੰ ਇੰਨੇ ਅੱਛੇ ਮਾਂ ਬਾਪ। ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਆਪਣੀ ਜ਼ਮੀਨ ਨੂੰ ਆਪਣੇ ਵਤਨ ਨੂੰ ਛੱਡ ਕੇ ਦੂਜੀ ਕੰਟਰੀ 'ਚ ਜਾ ਵੱਸਦਾ ਹੈ ਅਤੇ ਉਹ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਅਤੇ ਆਪਾਂ ਜੋੜੇ ਸਾਹਿਬ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਅਤੇ ਉਹਨਾਂ ਦੀ ਫੈਮਿਲੀ ਦਾ ਪੰਜਾਬ ਆਉਣ ਨੂੰ ਜੀ ਕਰਦਾ ਹੈ। ਪੰਜਾਬ ਦੇ ਪਿਆਰ ਦੀ ਇਸ ਤਰ੍ਹਾਂ ਇਹ ਗੱਲ ਹੈ ਜੀ ਇੱਥੇ ਹਾਂਗਕਾਂਗ ਵਿੱਚ ਤਕਰੀਬਨ ਸਭ ਤੋਂ ਪਹਿਲਾਂ ਮੈਂ ਆਪਣੇ ਬੱਚੇ ਇੰਡੀਆ ਆਪਣੇ ਪੜ੍ਹਨ ਵਾਸਤੇ ਭੇਜੇ ਜੀ ਤਾਂ ਜੋ ਆਪਣਾ ਪੰਜਾਬ ਦਾ ਕਲਚਰ ਔਰ ਆਪਣਾ ਵਿਰਸਾ ਸਿੱਖ ਸਕਣ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਉਸ ਟਾਈਮ 'ਤੇ ਉਹਨਾਂ ਨੂੰ ਕਾਫੀ ਸਾਲ ਮੈਂ ਜਿਹੜਾ ਵਾਪਸ ਇੰਡੀਆ ਭੇਜਿਆ ਸੀ ਉਹਦੇ ਹੀ ਮਤਲਬ ਉਹਦਾ ਹੀ ਫਲ ਆ ਕਿ ਉਹਨਾਂ ਨੂੰ ਔਰ ਸਾਨੂੰ ਆਪਣੇ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਔਰ ਮੈਂ ਹਰ ਦੂਸਰੇ ਤੀਸਰੇ ਮਹੀਨੇ ਜਾਂ ਛੇ ਮਹੀਨਿਆਂ 'ਚ ਇੱਕ ਵਾਰ ਪੰਜਾਬ ਜ਼ਰੂਰ ਜਾਂਦਾ। ਮੇਰੇ ਮਾਤਾ ਪਿਤਾ ਵੀ ਇਸ ਵੇਲੇ ਅੰਮ੍ਰਿਤਸਰ ਰਹਿੰਦੇ ਨੇ ਹੋਰ ਵੀ ਸਾਡੇ ਘਰ ਦੇ ਪਰਿਵਾਰ ਵੀ ਅਸੀਂ ਆਉਂਦੇ ਜਾਂਦੇ ਰਹਿੰਦੇ ਪੰਜਾਬ ਵਿੱਚ ਕਿਉਂਕਿ ਜਿੱਥੇ ਅਸੀਂ ਆਏ ਹਾਂ ਅਸੀਂ ਉਸ ਚੀਜ਼ ਨੂੰ ਭੁੱਲ ਨਹੀਂ ਸਕਦੇ। ਸਾਡੇ ਤੋਂ ਸੋਪੇ ਤੋਂ ਉੱਥੋਂ ਦਾ ਉੱਥੇ ਪੜ੍ਹਦੇ ਵੀ ਰਹੇ 8 ਸਾਲ ਇੰਡੀਆ ਪੜ੍ਹਦੇ ਰਹੇ ਜੋ ਪੰਜਾਬ 'ਚ ਜੇ ਲੱਗਦਾ ਉਹ ਅੰਮ੍ਰਿਤਸਰ ਹੀ ਲੱਗਦਾ ਉੱਥੇ ਦਾਦਾ ਦਾਦੀ ਜੀ ਵੀ ਉੱਥੇ ਰਹਿੰਦੇ ਨੇ ਪਿੰਡ ਵੀ ਸਾਡਾ ਉੱਥੇ ਹੈ ਅਤੇ ਬੇਸ਼ੱਕ ਹਾਂਗਕਾਂਗ ਵਿੱਚ ਬਹੁਤ ਦੇਰ ਹੋ ਗਈ ਰਹਿੰਦੇ ਨੇ ਮਗਰ ਜੋ ਵੀ ਹੈ ਦਿਲ ਵਿੱਚ ਇੱਕ ਚੀਜ਼ ਮਤਲਬ ਜਗ੍ਹਾ ਹੈਗੀ ਕਿ ਜੋ ਪੰਜਾਬ ਉਹ ਪੰਜਾਬ ਹੀ ਹੈ ਜੋ ਪੰਜਾਬ 'ਚ ਮਿਲ ਸਕਦਾ ਉਹ ਹਾਂਗਕਾਂਗ 'ਚ ਨਹੀਂ ਮਿਲ ਸਕਦਾ ਜੋ ਉੱਥੋਂ ਦਾ ਲੋਕਾਂ ਦਾ ਪਿਆਰ ਆ ਉਹ ਇੱਥੇ ਨਹੀਂ ਮਿਲਦਾ। ਹਰਜਿੰਦਰ ਸਿੰਘ ਜੀ ਤੋਂ ਜਾਣਦੇ ਹਾਂ ਕਿ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਫੈਮਿਲੀ ਦਾ ਕੀ ਸਹਿਯੋਗ ਰਿਹਾ। ਫੈਮਿਲੀ ਵੱਲੋਂ ਜੀ ਬਹੁਤ ਹੀ ਅੱਛਾ ਰਿਸਪੋਂਸ ਮਿਲਿਆ ਮੈਨੂੰ ਕਿਉਂਕਿ ਮੇਰੇ ਪਿਤਾ ਜੀ ਹੋਣਾਂ ਨੇ ਮੇਰੀ ਭੈਣਾਂ ਸ਼ੁਰੂ ਵਿੱਚ ਬਹੁਤ ਹੀ ਹੈਲਪ ਕੀਤੀ ਬਾਅਦ ਵਿੱਚ ਤਾਂ ਉਹ ਇੰਡੀਆ ਚਲੇ ਗਏ ਸੀ ਔਰ ਮੇਰੀ ਵਾਈਫ ਨੇ ਵੀ ਮੇਰਾ ਬੜਾ ਸਾਥ ਦਿੱਤਾ ਜਦੋਂ ਕਿ ਸਾਡਾ ਸਿਕਿਉਰਿਟੀ ਦਾ ਕੰਮ ਸੀ 2-4-10 ਬੰਦੇ ਮੇਰੇ ਨਾਲ ਹਮੇਸ਼ਾ ਕਦੇ ਘਰ ਆਏ ਗਏ ਹਮੇਸ਼ਾ ਰੋਟੀ ਪਾਣੀ ਦਾ ਜਾਂ ਹੋਰ ਵੀ ਕਿਸੇ ਵੱਲੋਂ ਵੀ ਉਹਨਾਂ ਨੇ ਮਤਲਬ ਐਸਾ ਮੈਨੂੰ ਮੌਕਾ ਨਹੀਂ ਦਿੱਤਾ ਜਦੋਂ ਕਿ ਰਾਜ ਹੋਏ ਔਰ ਮੇਰੇ ਬੱਚਿਆਂ ਨੇ ਵੀ ਮੇਰੇ ਨਾਲ ਕਾਫੀ ਜਿਹੜਾ ਵੱਡਾ ਲੜਕਾ ਵਾ ਕਾਫੀ ਚਿਰ ਤੋਂ ਮੇਰੇ ਨਾਲ ਕੰਮ ਕਰ ਰਿਹਾ ਬੜਾ। ਕਹਿੰਦੇ ਨੇ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਤੇ ਆਓ ਆਪਾਂ ਪੁੱਛਦੇ ਹਾਂ ਕਿ ਜੋੜੀਆ ਸਾਹਿਬ ਦੀ ਕਾਮਯਾਬੀ ਦੇ ਪਿੱਛੇ ਕਿਹਦਾ ਹੱਥ ਸੀਗਾ ਤੇ ਉਹਨਾਂ ਦਾ ਕਿੰਨੇ ਕਿੰਨੇ ਸਾਥ ਦਿੱਤਾ। ਦਰਅਸਲ ਇਹਦਾ ਜੀ ਮੈਂ ਸ਼ੁਰੂ ਤੋਂ ਦੱਸਣ ਲੱਗਾ ਪਹਿਲਾਂ ਕਿ ਮੈਂ ਪਹਿਲਾਂ ਸਿਕਿਉਰਿਟੀ 'ਚ ਕੰਮ ਕਰਦਾ ਫਿਰ ਇੱਕ ਦਿਨ ਅਚਾਨਕ ਹੀ ਮੇਰੇ ਦੋਸਤ ਭਾਜੀ ਗੁਰਮੁਖ ਸਿੰਘ ਹੋਣਾ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਤੂੰ ਡਰਾਈਵਰੀ ਲਾਈਨ 'ਚ ਹੈਗਾ ਉਹਨਾਂ ਨੇ ਮੈਨੂੰ ਡਰਾਈਵਰੀ ਸਿਖਾਈ ਫਿਰ ਮੈਂ ਸਿੱਧੀ ਕੋਲ ਕੰਮ ਕਰਨ ਲੱਗ ਪਿਆ ਹੋਰ ਵੀ ਲੋਕ ਨਾਲ ਸਿੱਧੀਆਂ ਕੋਲ ਮੈਂ ਪਹਿਲਾਂ ਡਰਾਈਵਰੀ ਕਰਦਾ ਰਿਹਾ ਫਿਰ ਇੱਕ ਦਿਨ ਅਚਾਨਕ ਕੀ ਹੋਇਆ ਕਿ ਮੈਂ ਪਾਰਕਿੰਗ ਸਰਵਿਸ ਦੀ ਨੌਕਰੀ ਕਰਦੇ ਸੀ ਅਸੀਂ 5-6 ਮੁੰਡੇ ਉੱਥੇ
ਰੋਜ਼ ਆਰਤੇ ਨਾਲ ਚੈਨੀਸ ਲੋਕ ਖਾਣਾ ਖਾਣਾਉਂਦੇ ਸੀ। ਇੱਕ ਚੈਨੀਸ ਨਾਲ ਮੇਰੀ ਗੱਲ ਹੋਈ, ਉਹਨੇ ਮੈਨੂੰ ਜਾ ਕੇ ਪੁੱਛਿਆ ਕਿ ਤੂੰ ਮੇਰੇ ਕੋਲ ਕੰਮ ਕਰ ਸਕਦਾ, ਮੈਂ ਇਹਨੂੰ ਯੈਸ ਕਰ ਦਿੱਤੀ। ਉਸ ਤੋਂ ਬਾਅਦ ਫਿਰ ਮੈਂ ਕੁਝ ਮਹੀਨੇ ਉਹਦੇ ਕੋਲ ਕੰਮ ਕੀਤਾ ਅਤੇ ਉਹਨੇ ਮੇਰੀ ਮਿਹਨਤ ਦੇਖ ਕੇ ਅਤੇ ਬਾਅਦ ਵਿੱਚ ਮੈਨੂੰ ਕਿਹਾ ਕਿ ਸਿੰਘ ਤੂੰ ਮੇਰੀ ਡਰਾਈਵਰੀ ਵੀ ਨਾਲ ਨਾਲ ਕਰ, ਔਰ ਮੈਂ ਤੈਨੂੰ ਇੱਕ ਕੰਪਨੀ ਬਣਾ ਕੇ ਦਿੰਦਾ, ਸਿਕਿਉਰਿਟੀ ਦੀ ਕੰਪਨੀ, ਜੋ ਕਿ ਸਾਡੇ ਇੰਡੀਆ ਦੇ ਵਿੱਚ ਫੈਸਿਲਿਟੀ ਕਾਫੀ ਠੀਕ ਰਹੂਗੀ। ਅਤੇ ਮੈਂ ਇਹਨੂੰ ਯੈਸ ਕਰ ਦਿੱਤੀ। ਫਿਰ ਉਹਨੇ ਹੀ ਸਾਰੀ ਮੇਰੀ ਹੈਲਪ ਕੀਤੀ, ਔਫਿਸ ਵੀ ਉਹਨੇ ਮੈਨੂੰ ਦਿੱਤਾ ਸਾਰਾ ਕੰਮ, ਮਤਲਬ ਉਹ ਹੀ ਮੇਰਾ ਕਰਦੇ ਸੀ। ਅਤੇ ਮੈਂ ਉਹਦੇ ਕੋਲ ਇੱਕ ਸੀਨੀਅਰ ਡਰਾਈਵਰ ਹੋਣ ਦੇ ਨਾਤੇ, ਸੀਨੀਅਰ ਦਾ ਮਤਲਬ ਇਹ ਹੈ ਕਿ ਮੇਰੇ ਥੱਲੇ 8-10 ਡਰਾਈਵਰ ਹੋਰ ਵੀ ਆਸਤੇ ਆਸਤੇ ਬਾਅਦ ਕੰਮ ਕਰ ਲੱਗ ਪਏ, ਅਤੇ ਮੈਂ ਇਸ ਕਰਕੇ ਉਹਨੂੰ ਨਹੀਂ ਛੱਡ ਸਕਿਆ ਕਿਉਂਕਿ ਉਹਨੇ ਮੇਰੇ ਨਾਲ ਬਹੁਤ ਗੁਣ ਕੀਤਾ ਸੀ। ਅਤੇ ਅਖੀਰ ਤੱਕ ਮੈਂ ਆਪ ਕੁਛ ਸਾਲ ਹੀ ਪਹਿਲਾਂ ਉਹਦੇ ਨਾਲੋਂ ਮਤਲਬ ਨੌਕਰੀ ਛੱਡੀ ਆ, ਨਹੀਂ ਤਾਂ ਮੈਂ ਕਰਦਾ ਹੀ ਰਿਹਾ ਉਹਦੇ ਨਾਲ। ਪਰ ਉਹਦਾ ਬਹੁਤ ਜ਼ਿਆਦਾ ਯੋਗਦਾਨ, ਜਿਹਦਾ ਨਾਮ ਮਿਸਟਰ ਲਈ ਤੋਂ ਲੋਕ ਸੀ, ਬੜਾ ਮਤਲਬ ਇੱਕ ਮਾਲਕ ਹੋਣ ਦੇ ਨਾਤੇ ਵੀ ਮੇਰੇ ਨਾਲ ਭਰਾਵਾਂ ਨੂੰ ਰਹਿੰਦਾ ਸੀ। ਹਰਜਿੰਦਰ ਸਿੰਘ ਜੀ, ਤੁਹਾਡਾ ਪੰਜਾਬੀ ਕਲਚਰ ਬਾਰੇ ਕੀ ਵਿਚਾਰ ਹੈ ਅਤੇ ਤੁਸੀਂ ਹਾਂਗਕਾਂਗ ਵਿੱਚ ਆਪਣੇ ਪੰਜਾਬੀ ਕਲਚਰ ਵਾਸਤੇ ਕੀ ਕਰ ਰਹੇ ਹੋ? ਪੰਜਾਬੀ ਕਲਚਰ ਨੂੰ ਜੀ ਅਸੀਂ ਬਹੁਤ ਪਿਆਰ ਕਰਦੇ ਹਾਂ। ਪੰਜਾਬੀ ਕਲਚਰ ਜਿਹੜਾ ਹੈ ਕਿਸੇ ਦੀ ਕੋਈ ਜਾਣ ਪਛਾਣ ਦੇ ਮਹਿਤਾਜ ਨਹੀਂ ਹੈਗਾ, ਕਿਉਂਕਿ ਇਸ ਟਾਈਮ ਦੇ ਉੱਤੇ ਦੁਨੀਆ ਦੇ ਹਰ ਕੋਨੇ ਦੇ ਉੱਤੇ ਹੀ ਪੰਜਾਬੀ ਕਲਚਰ ਜਿਹੜਾ ਹੈ ਬਹੁਤ ਹੀ ਚੰਗੀ ਤਰ੍ਹਾਂ ਫੈਲਿਆ ਹੋਇਆ ਔਰ ਬੜਾ ਹੀ ਇੱਜ਼ਤ ਮਾਣ ਹੈ ਇਹਦਾ ਹਰ ਪਾਸੇ। ਬਾਕੀ ਜਿਹੜੀ ਸਾਡੇ ਪਿਆਰ ਦੀ ਗੱਲ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਇਸ ਟਾਈਮ 'ਤੇ ਵੀ ਆਪਣਾ ਦਾੜੀ ਕੇਸ ਰੱਖੇ ਆ, ਪੱਗ ਬੰਦੀ ਆ, ਮਤਲਬ ਇੱਕ ਕਲਚਰ ਨੂੰ ਪਿਆਰ ਕਰਨ ਦਾ ਹੀ ਸਬੂਤ ਹੈ। ਪੰਜਾਬੀ ਕਲਚਰ ਬਾਰੇ ਜੀ ਇਸ ਤਰ੍ਹਾਂ ਵਾ ਕਿ ਸਭ ਤੋਂ ਪਹਿਲਾਂ ਇੱਥੇ ਕਾਫੀ ਸਾਹਿਬ ਪੁਰਾਣਾ ਇੱਕ ਕਲੱਬ ਹੈ ਖਾਲਸਾ ਨੌਜਵਾਨ ਸਭਾ, ਉਹਨਾਂ ਨੇ ਉਹਨਾਂ ਦਾ ਵੀ ਮੈਂ ਮੈਂਬਰ ਹਾਂ ਸ਼ੁਰੂ ਤੋਂ ਹੀ, ਉਹਨਾਂ ਨੇ ਵੀ ਟਾਈਮ ਟੂ ਟਾਈਮ ਆਪਣਾ ਪੰਜਾਬੀ ਕਲਚਰ ਵਾਸਤੇ ਬੱਚਿਆਂ ਦੇ ਮਤਲਬ ਜਿਹੜੇ ਦਸਤਾਰ ਦਾ ਇਹ ਮੁਕਾਬਲੇ ਕਰਵਾਉਂਦੇ ਸੀ, ਹੋਰ ਇਹੋ ਜਿਹੇ ਗੁਰਪੁਰਬ ਮਨਾਉਂਦੇ ਸੀ। ਫਿਰ ਆਪਣੇ ਇੱਥੇ ਹੁਣ ਇੱਕ ਕਲੱਬ ਹੈ ਉਹ ਵੀ ਬਹੁਤ ਕੁਝ ਕਰ ਰਿਹਾ ਵਾ, ਯੂਥ ਕਲੱਬ, ਉਹਦਾ ਵੀ ਮੈਂ ਮੈਂਬਰ ਹਾਂ। ਉਹ ਵੀ ਵਿਸਾਖੀ ਦੇ ਉੱਤੇ ਜਾਂ ਅੱਗੋਂ ਪਿੱਛੋਂ ਵੀ ਜਦੋਂ ਵੀ ਕੋਈ ਚਾਂਸ ਉਹਨਾਂ ਨੂੰ ਮਿਲਦਾ ਅੱਛੇ ਅੱਛੇ ਸਿੰਗਰ ਮੰਗਾ ਕੇ ਉੱਥੋਂ ਅਤੇ ਪ੍ਰੋਗਰਾਮ ਕਰਾਉਂਦੇ ਨੇ, ਜਿਹੜਾ ਕਿ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਰਹੇ ਕਿ ਸਾਡਾ ਪੰਜਾਬੀ ਕਲਚਰ ਕੀ ਆ। ਫਿਰ ਆ ਪਿਛਲੇ ਸਾਲ ਹੀ ਐਸੇ ਸਾਲ ਹੀ ਅਸੀਂ ਪੰਜਾਬੀ ਦਾ ਆਪਣਾ ਵਿਸਾਖੀ ਮੇਲਾ ਕਰਾਇਆ ਸੀ, ਜਿਹੜਾ ਕਿ ਬਹੁਤ ਅੱਛਾ ਕਰਾਇਆ ਸੀ। ਹੋਰ ਵੀ ਗੁਰਦੁਆਰੇ ਦੀ ਪੀੜ੍ਹੀ ਪ੍ਰਬੰਧਕ ਕਮੇਟੀ ਆ, ਉਹ ਵੀ ਬਹੁਤ ਕੁਛ ਕਰਦੀ ਰਹਿੰਦੀ ਹੈ ਇਸ ਇਹਦੇ ਪੰਜਾਬੀ ਕਲਚਰ ਬਾਰੇ, ਜਿਵੇਂ ਕਿ ਅਸੀਂ ਸਾਰੇ ਰਲ ਕੇ ਅੱਛੇ ਅੱਛੇ ਸੰਤ ਮਹਾਂਪੁਰਸ਼ਾਂ ਨੂੰ ਇੱਥੇ ਬੁਲਾਉਂਦੇ ਹਾਂ, ਕੀਰਤਨੀਆਂ ਨੂੰ ਬੁਲਾਉਂਦੇ ਹਾਂ, ਅਤੇ ਇਸ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਸਾਡੇ ਕੋਲ ਯੋਗਦਾਨ ਪੈਂਦਾ ਜੀ। ਅਸੀਂ ਹੁਣ ਤੱਕ ਜਾਣਿਆ ਕਿ ਜੋੜਿਆ ਜੀ ਪੰਜਾਬ ਅਤੇ ਪੰਜਾਬੀਅਤ ਲਈ ਕਾਫੀ ਕੁਛ ਕਰ ਰਹੇ ਨੇ, ਅਤੇ ਹੁਣ ਆਪਾਂ ਜੋੜਿਆ ਸਾਹਿਬ ਤੋਂ ਇਹ ਗੱਲ ਪੁੱਛਦੇ ਹਾਂ ਕਿ ਜੋੜਿਆ ਜੀ ਤੁਸੀਂ ਹਾਂਗਕਾਂਗ ਵਿੱਚ ਪੰਜਾਬੀਆਂ ਵਾਸਤੇ ਕੀ ਕਰ ਰਹੇ ਹੋ ਅਤੇ ਉਹਨਾਂ ਲੋਕਾਂ ਵਾਸਤੇ ਕੀ ਕਰ ਰਹੇ ਹੋ ਜੋ ਮੁਸੀਬਤ 'ਚ ਹੁੰਦੇ ਨੇ? ਇਹ ਤਾਂ ਟਾਈਮ ਟੂ ਟਾਈਮ ਗੱਲ ਹੁੰਦੀ, ਜਿਵੇਂ ਕਿ ਮੈਂ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਆ ਕਿ ਜਿੱਥੇ ਅਸੀਂ ਕੰਮ ਕਰਦੇ ਸੀ ਉੱਥੇ ਇੱਕ ਚਾਈਨੀਜ਼ ਕੰਪਨੀ ਵਿੱਚ ਕੋਈ 250-300 ਕੁੜੀ ਨੂੰ ਮੈਂ ਕੰਮ 'ਤੇ ਲਵਾਇਆ ਹੋਇਆ ਸੀ। 50-60 ਆਪਣੇ ਪੰਜਾਬੀ ਮੁੰਡੇ ਵੀ ਸੀ, ਇਹਨਾਂ ਨੂੰ ਮੈਂ ਆਪ ਕਹਿ ਕੇ ਉਹਨਾਂ ਨੂੰ ਕੰਮ 'ਤੇ ਰਖਾਇਆ ਸੀ। ਬਾਕੀ ਹੋਰ ਵੀ 1-2 ਕੰਪਨੀਆਂ ਹੈਗੀਆਂ ਨੇ ਇੱਥੇ ਹੈਂਗਕਾਂਗ ਵਿੱਚ, ਜਿੱਥੇ ਮੈਂ ਜਦੋਂ ਮੈਂ ਉਹਨਾਂ ਨੂੰ ਮਾਰਨੀਆਂ ਦੀ ਲੋੜ ਹੁੰਦੀ ਹੈ ਤਾਂ ਮੈਂ ਵੱਧ ਤੋਂ ਵੱਧ ਪੰਜਾਬੀ ਕੁੜੀਆਂ ਉੱਥੇ ਨੌਕਰੀ 'ਤੇ ਭੇਜ ਦਿੰਦਾ। ਉਸ ਤੋਂ ਬਾਅਦ ਜਿਵੇਂ ਇੰਡੀਆ ਤੋਂ ਟੂਰਿਸਟ ਆ ਜਾਂਦੇ ਨੇ, ਜਿਹੜੇ ਕਿ ਏਜੰਟਾਂ ਦੇ ਧੱਕੇ ਚੜ੍ਹੇ ਹੁੰਦੇ ਆ, ਉਹਨਾਂ ਨੂੰ ਵੀ ਟਾਈਮ ਟੂ ਟਾਈਮ ਉਹਨਾਂ ਦੀ ਵੀ ਮਦਦ ਕਰਦੇ ਰਹੀਦਾ, ਜਿਵੇਂ ਕਿ ਕਿਸੇ ਨੂੰ ਟਿਕਟ ਲੈ ਕੇ ਦੇ ਦਿੱਤੀ ਜਾਂ ਕਿਸੇ ਨੂੰ ਰਹਿਣ ਦਾ ਖਰਚਾ ਦੇ ਦਿੱਤਾ ਜਾਂ ਕੋਈ ਹੋਰ ਕਿਸੇ ਦੀ ਕੋਈ ਮਾਈਕ ਸੇਵਾ ਕਰ ਦਿੱਤੀ, ਸਹਾਇਤਾ ਕਰ ਦਿੱਤੀ। ਪਰ ਇਸ ਤਰ੍ਹਾਂ ਜੋ ਵੀ ਹੋ ਸਕਦਾ ਉਹ ਕਰਦੇ ਹਾਂ ਜੀ ਪੰਜਾਬੀਆਂ ਵਾਸਤੇ।
ਮੇਰੀ ਸਿਕਿਉਰਿਟੀ ਦੀ ਕੰਪਨੀ ਵਿੱਚ ਵੀ ਜੀ ਮੋਸਟਲੀ ਮੇਰੇ ਕੋਲ ਜਿੰਨੇ ਵੀ ਹੈਗੇ ਨੇ ਸਾਰੇ ਪੰਜਾਬੀ ਰੱਖੇ ਹੋਏ ਨੇ, ਮੈਂ ਇਹੀ ਸੋਚਦਾ ਕਿ ਵੱਧ ਤੋਂ ਵੱਧ ਪੰਜਾਬੀਆਂ ਨੂੰ ਕੰਮ ਦਿੱਤਾ ਜਾਵੇ। ਜੋੜਿਆ ਸਾਹਿਬ, ਤੁਸੀਂ ਇਸ ਪੋਜੀਸ਼ਨ 'ਤੇ ਪਹੁੰਚ ਕੇ ਕਿਹੋ ਜਿਹਾ ਫੀਲ ਕਰ ਰਹੇ? ਐਕਚੁਲੀ ਮੈਂ ਬਹੁਤ ਛੋਟੀ ਉਮਰ ਵਿੱਚ ਇੱਥੇ ਆ ਗਿਆ ਸੀ, 1971 ਦਾ ਮੈਂ ਇੱਥੇ ਆਇਆ ਹੋਇਆ। ਉਸ ਤੋਂ ਬਾਅਦ ਇੱਥੇ ਆ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਹਰ ਪੱਖੋਂ ਹੀ, ਪਰ ਲੇਕਿਨ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ, ਪੁੱਛ ਰਹੇ ਹੋ ਕਿ ਕੀ ਫੀਲ ਕਰ ਰਹੇ ਹੋ, ਅੱਜ ਅਸੀਂ ਫੀਲ ਬਹੁਤ ਅੱਛਾ ਕਰ ਰਹੇ ਹਾਂ, ਕਿਉਂਕਿ ਜੋ ਸਤਿਗੁਰੂ ਨੇ ਸਾਨੂੰ ਅੱਜ ਤੱਕ ਦਿੱਤਾ ਸ਼ਾਇਦ ਇਹਦੀ ਸਹੀ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਵਿੱਚ ਕਿ ਅਸੀਂ ਇਸ ਤੋਂ ਤੱਕ ਪਹੁੰਚ ਜਾਵਾਂਗੇ। ਲੇਕਿਨ ਫਿਰ ਵੀ ਵਾਹਿਗੁਰੂ ਦਾ ਲੱਖ ਲੱਖ ਸ਼ੁਕਰੀਆ ਕਿ ਅਗਰ ਅਸੀਂ ਮਿਹਨਤ ਕੀਤੀ ਆ ਤਾਂ ਸਾਨੂੰ ਉਸ ਮਿਹਨਤ ਦਾ ਸਤਿਗੁਰੂ ਨੇ ਮਤਲਬ ਫਲ ਜ਼ਰੂਰ ਦਿੱਤਾ। ਔਰ ਬੜਾ ਅੱਛਾ ਫੀਲ ਕਰ ਰਹੇ ਹਾਂ, ਸਾਰੀ ਫੈਮਿਲੀ ਇਕੱਠੇ ਹੈ ਅਤੇ ਕੋਈ ਮਹਾਰਾਜ ਦਾ ਬੜਾ ਸ਼ੁਕਰਾਨਾ, ਪੈਸੇ ਦਾ ਨੁਕਸਾਨ ਰੱਜਦਾ ਤਾਂ ਕਿਸੇ ਗੱਲੋਂ ਵੀ ਨਹੀਂ, ਪਰ ਅਸੀਂ ਸੰਤੁਸ਼ਟ ਹਾਂ ਬਿਲਕੁਲ ਕਿ ਅਸੀਂ ਖੁਸ਼ ਹਾਂ ਬਹੁਤ ਫਿਰ ਫਿਰ। ਹੁਣ ਜਾਣਦੇ ਹਾਂ ਕਿ ਫਸਟ ਤੋਂ ਅਰਸ਼ ਤੱਕ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਨੂੰ ਜੋੜਿਆ ਜੀ ਕੀ ਮੈਸੇਜ ਦੇਣਾ ਚਾਹੁੰਦੇ ਨੇ? ਚੈਨਲ ਦੇਖ ਰਿਹਾ ਜਿਹੜੇ ਵੀ ਮੇਰੇ ਭੈਣ ਭਰਾ ਪੰਜਾਬੀ ਜੋ ਵੀ ਦੇਖ ਰਹੇ ਆ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਵਾਂ, ਇਹੀ ਮੈਸੇਜ ਦਿੰਦਾ ਵਾਂ ਕਿ ਜਿੰਨਾ ਅਸੀਂ ਪ੍ਰਦੇਸ਼ਾਂ ਵਿੱਚ ਭੱਜਣ ਬਾਰੇ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਏਜੰਟਾਂ ਦੇ ਟੇਟੇ ਚੜ੍ਹ ਜਾਂਦੇ ਹਾਂ, ਬਹੁਤ ਪੈਸੇ ਅਸੀਂ ਖਰਾਬ ਕਰਦੇ ਹਾਂ, ਇੱਥੋਂ ਤੱਕ ਕਿ ਜ਼ਮੀਨਾਂ ਵੇਚ ਕੇ ਵੀ ਅਸੀਂ ਇੱਥੇ ਆਉਣ ਨੂੰ ਤਿਆਰ ਹਾਂ। ਮੇਰਾ ਮੈਸੇਜ ਇਹੀ ਆ ਕਿ ਜੇ ਇੰਨੀ ਅਸੀਂ ਬਾਹਰ ਪ੍ਰਦੇਸ਼ਾਂ ਵਿੱਚ ਆਣ ਕੇ ਮਿਹਨਤ ਕਰਦੇ ਹਾਂ, ਜੇ ਇੰਨੀ ਮਿਹਨਤ ਅਸੀਂ ਆਪਣੇ ਪੰਜਾਬ ਵਿੱਚ ਵੀ ਕਰੀਏ ਤਾਂ ਸ਼ਾਇਦ ਅਸੀਂ ਭੁੱਖੇ ਨਹੀਂ ਮਰਦੇ, ਅਸੀਂ ਬਹੁਤ ਤਰੱਕੀ ਕਰ ਸਕਦੇ ਹਾਂ। ਔਰ ਜਿਨ੍ਹਾਂ ਨੇ ਵੀ ਆਉਣਾ ਵਾ ਉਹ ਸਹੀ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰਨ, ਨਾ ਕਿ ਗਲਤ ਤਰੀਕੇ ਨਾਲ ਆਣ ਕੇ ਇੱਥੇ ਆਣ ਕੇ ਧੱਕੇ ਖਾਣ ਨਾਲੋਂ, ਤਾਂ ਇਹੀ ਚੰਗਾ ਕਿ ਆਪਾਂ ਉੱਥੇ ਕੁਛ ਕਰ ਲਈਏ ਤਾਂ ਕੋਈ ਠੀਕ ਹੈ। ਗੱਲਾਂ ਤਾਂ ਹੋਰ ਵੀ ਕਾਫੀ ਨੇ ਜਿਹੜੀਆਂ ਕਿ ਸਾਂਝੀਆਂ ਕਰਨ ਨੂੰ ਆਪਣੇ ਪੰਜਾਬੀਆਂ ਨਾਲ ਦਿਲ ਕਰਦਾ, ਪਰ ਟਾਈਮ ਦੇ ਨੂੰ ਮੁੱਖ ਰੱਖਦੇ ਹੋਇਆਂ, ਟਾਈਮ ਕਾਫੀ ਹੋ ਗਿਆ, ਟਾਈਮ ਦੀ ਸ਼ੋਰਟ ਵੱਲੋਂ ਮੈਂ ਹੋਰ ਕੁਛ ਨਹੀਂ ਬੋਲਦਾ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।